घर नहीं लवाउंदे उदों इहदा कारण बन जांदा उत्थे बीमारी आ जांदी है ते फिर सारे एनिमलां च फैल जांदी है। ਤਾਂ ਕਰਕੇ ਇਹਦੇ ਡਰਨ ਦੀ ਲੋੜ ਨਹੀਂ ਕਿਤੇ ਬੱਚਾ ਨਹੀਂ ਸਿੱਟਦੀ ਬਾਈ 17-18 ਸਾਲ ਹੋ ਗਏ ਲਵਾਉਂਦੇ ਨੂੰ ਇੱਕ ਵੀ ਪਸ਼ੂ ਦਾ ਕਦੇ ਵੀ ਬੱਚਾ ਨਹੀਂ ਸਿੱਟਿਆ ਵੀਰੇ ਯਾਰ ਚਾਹੇ ਸੂਣ 'ਚ 10 ਦਿਨ ਰਹਿੰਦੇ ਹੁਣ ਚਾਹੇ ਮਹੀਨਾ ਹੋਇਆ ਹੋਵੇ ਸੂਈ ਨੂੰ ਚਾਹੇ 2 ਦਿਨ ਸੂਣ 'ਚ ਰਹਿੰਦੇ ਚਾਹੇ 6 ਮਹੀਨੇ ਸੂਣ 'ਚ ਰਹਿੰਦੇ ਸਭ ਦੇ ਲਾਈਦਾ ਬਾਈ ਵਾਢੇ ਨਾਲ ਲਾਈਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਬਾਈ ਸਤਿ ਸ੍ਰੀ ਅਕਾਲ ਨਮਸਕਾਰ ਆ ਬਾਈ ਜੀ ਅੱਜ ਆਪਾਂ ਗੱਲ ਕਰਦੇ ਆ FMD ਮੂੰਹ ਖੁਰ ਦੀ ਬਿਮਾਰੀ ਬਾਰੇ ਬਾਈ ਫੁੱਟ ਐਂਡ ਮਾਊਥ ਡਿਸੀਜ਼ ਬਾਰੇ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਆ ਬਾਈ ਇਹ ਹੁਣ ਮੈਂ ਅੱਜ ਗੱਲ ਕਰਦਾਗਾ ਇਹਦੇ ਬਾਰੇ ਇਹ ਅੱਜ ਕੱਲ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਬਠਿੰਡਾ ਮਾਨਸਾ ਜ਼ਿਲ੍ਹੇ ਤਾਂ ਮੈਨੂੰ ਪਤਾ ਉਸ ਏਰੀਆ ਬਰਨਾਲੇ ਦਾ ਉੱਤੇ ਕਈ ਪਿੰਡਾਂ ਦੇ ਵਿੱਚ ਕੋਈ ਕੋਈ ਕੇਸ ਆ ਰਹੇ ਆ ਇਹਨੂੰ ਫੈਲਣ ਲੱਗੇ ਜਿਵੇਂ ਪਿਛਲੀ ਵਾਰ ਅਵੇਅਰ ਨਹੀਂ ਹੋਈ ਸੀ ਆਪਾਂ ਲੰਪੀ ਵੇਲੇ ਇੱਕੇ ਲਖਤ ਕਾਫੀ ਬਿਮਾਰੀ ਫੈਲ ਗਈ ਸੀ ਉਦੋਂ ਡਰ ਲੱਗਦਾ ਸੀ ਕਿਤੇ ਜ਼ਿਆਦਾ ਨੁਕਸਾਨ ਨਾ ਹੋ ਜੇ ਕਾਫੀ ਐਨੀਮਲ ਲੋਕਾਂ ਦਾ ਨੁਕਸਾਨ ਵੀ ਉਦੋਂ ਬਹੁਤ ਹੋ ਗਿਆ ਇੱਕੇ ਲਖਤ ਬਿਮਾਰੀ ਫੈਲਣ ਨਾਲ ਵੀਰੇ ਇਹ ਵਾਇਰਲ ਬਿਮਾਰੀ ਆ ਬਾਈ ਇੱਕ ਡੰਗਰ ਤੋਂ ਦੂਜੇ ਡੰਗਰ ਨੂੰ ਹੋ ਜਾਂਦੀ ਆ ਇਹ ਬੰਦਿਆਂ ਥਰੂ ਵੀ ਡੰਗਰਾਂ ਦੇ ਵਿੱਚ ਆ ਵੜਦੀ ਆ ਇਹ ਗਾਹਾਂ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਲਵੀ ਕੀ ਲੱਛਣ ਹੁੰਦੇ ਆ ਜ਼ਿਆਦਾਤਰ ਜਿਹੜਾ ਇਹਦਾ ਕਾਰਨ ਹੁੰਦਾ ਲਵੀ ਜਿਹੜੀ ਲੋਕਾਂ ਵਿੱਚ ਧਾਰਨਾ ਬਣੀ ਹੋਈ ਆ ਲਵੀ ਬੁਖਾਰ ਚੜ੍ਹ ਜਾਂਦਾ ਦੁੱਧ ਘੱਟ ਜਾਂਦੇ ਆ ਐਨੀਮਲ ਵੀਰੇ ਯਾਰ ਬੁਖਾਰ ਚੜ੍ਹਨ ਦੇ ਕਾਰਨ ਐਨੀਮਲ ਖਾਂਦਾ ਪੀਂਦਾ ਘੱਟ ਆ ਉਹਦੇ ਪੱਠੇ ਵਗੈਰਾ ਛੱਡ ਦਿੰਦਾ ਇੱਕ ਦਿਨ ਤਾਂ ਕਰਕੇ ਦੁੱਧ ਘੱਟ ਜਾਂਦਾ ਉਦੋਂ ਬਾਅਦ ਦੁੱਧ ਫਿਰ ਉਹੀ ਜਗ੍ਹਾ 'ਤੇ ਜਾ ਵੜਦਾ ਵੀਰੇ ਯਾਰ ਇਹ ਧਾਰਨਾ ਬਹੁਤ ਗਲਤ ਆ ਜਿੰਨਾ ਚਿਕਰ ਇਹ ਸਾਰੇ ਆਪਣਾ ਲੋਕ ਰਲ ਕੇ ਇਹ ਇੰਜੈਕਸ਼ਨ ਨਹੀਂ ਲਵਾਉਣ ਲੱਗਦੇ ਉਹਨਾਂ ਚਿਕਰ ਇਹ ਬਿਮਾਰੀ ਖਤਮ ਨਹੀਂ ਹੋਣੀ ਵੀਰੇ ਜਦੋਂ ਐਨੀਮਲਾਂ 'ਚ ਆ ਜਾਂਦੀ ਆ ਬਿਮਾਰੀ ਉਦੋਂ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਬਹੁਤ ਕਈ ਐਨੀਮਲਾਂ ਦੀ ਮੌਤ ਵੀ ਹੋ ਜਾਂਦੀ ਉਹ ਸਾਰਾ ਸੂਆ ਹੀ ਦੁੱਧ ਸੁੱਕ ਜਾਂਦਾ ਐਨੀਮਲ ਦਾ ਦੁਬਾਰੇ ਐਨੀਮਲ ਪੂਰੇ ਦੁੱਧ ਤੇ ਆ ਹੀ ਨਹੀਂ ਪਾਉਂਦਾ ਬਾਈ ਯਾਰ ਹੁਣ ਇਹ ਹਜੇ ਥੋੜ੍ਹੀ ਫੈਲੀ ਹੈ ਵੀਰੇ ਥੋੜ੍ਹੇ ਪਿੰਡਾਂ ਦੇ ਵਿੱਚ ਆ ਇਹ ਸਾਲ ਭਰ ਦੇ ਵਿੱਚ ਕਦੋਂ ਵੀ ਬਿਮਾਰੀ ਆ ਸਕਦੀ ਹੈ ਕਦੋਂ ਵੀ ਪੂਰੇ ਸਾਲ ਦੇ ਵਿੱਚ ਕੋਈ ਇਹਦਾ ਟਾਈਮ ਕੋਈ ਨਹੀਂ ਬਿਮਾਰੀ ਦਾ ਬਾਈ ਯਾਰ ਇਹਦੇ ਤਾਂ ਆਪਾਂ ਅਵੇਅਰ ਹੋ ਗਈ ਆਪਾਂ ਕੰਟਰੋਲ ਕਰ ਸਕਦੇ ਹਾਂ ਇਹ ਬਿਮਾਰੀ ਤੁਸੀਂ ਐਂ ਦੇਖੋ ਵੀਰੇ ਯਾਰ ਕਈ ਕੰਟਰੀਆਂ ਨੇ ਤਾਂ ਕੰਟਰੋਲ ਕਰ ਲਈ ਹੈ ਇਹ ਬਿਮਾਰੀ ਅਮਰੀਕਾ ਵਗੈਰਾ ਕੰਟਰੀਆਂ ਦੇ ਵਿੱਚ ਇਹ ਬਿਮਾਰੀ ਕੰਟਰੋਲ ਹੋ ਚੁੱਕੀ ਹੈ ਵੀਰੇ ਯਾਰ ਅਤੇ ਉਹ ਵੈਕਸੀਨ ਲਾ ਲਾ ਹੀ ਕੰਟਰੋਲ ਜਿਵੇਂ ਆਪਣੇ ਪੋਲੀਓ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਜੇ ਸਾਰੇ ਵੀਰ ਵੈਕਸੀਨ ਲਵਾਉਣਗੇ ਤਾਂ ਹੀ ਕੰਟਰੋਲ ਹੋਊ ਇਹ ਹੁਣ ਡਾਕਟਰ ਵੈਕਸੀਨ ਲਾਉਣ ਜਾਂਦਾ ਪਿੰਡਾਂ ਦੇ ਬੁੜੀਆਂ ਜਾਂ ਬੰਦੇ ਕਈ ਵਾਰ ਨਾ ਗਰਮ ਹੋ ਜਾਂਦੇ ਆ ਡਾਕਟਰਾਂ ਨਾਲ ਕਹਿੰਦੇ ਬਾਈ ਸਾਡੇ ਘਰੇ ਨਾ ਵੜੋ ਸਾਡੇ ਟੀਕੇ ਨਾ ਲਾਓ ਬਾਈ ਮੈਂ ਦੱਸ ਦੇਣਾ ਮੈਨੂੰ 17-18 ਸਾਲ ਹੋ ਗਏ ਡੈਰੀ ਫਾਰਮ ਕਰਦੇ ਨੂੰ ਕੋਈ ਟਾਈਮ ਇਹੋ ਜਿਹਾ ਨਹੀਂ ਸਾਲ 'ਚ 3 ਵਾਰ ਵੀ ਲਾ ਦੇਣਾ 2 ਵਾਰ ਤਾਂ ਰੈਗੂਲਰ ਲਵਾਉਣਾ ਹੀ ਲਵਾਉਣਾ ਵੈਕਸੀਨ ਵੀਰੇ ਯਾਰ ਕੋਈ ਸਾਲ ਇਹੋ ਜਿਹਾ ਨਹੀਂ ਆਇਆ ਜਦੋਂ ਆਪਾਂ ਨਾ ਲਾਈ ਹੋਵੇ ਕੋਈ ਇਹਦੇ ਨਾਲ ਬੱਚਾ ਨਹੀਂ ਸਿੱਟਦੀ ਇੱਕ ਵੀ ਗਾਂ ਨੇ ਵੈਕਸੀਨ ਨਾਲ ਬੱਚਾ ਨਹੀਂ ਸਿੱਟਿਆ ਅੱਜ ਤੱਕ ਅਤੇ ਹਾਂ ਹਲਕਾ ਬੁਖਾਰ ਜ਼ਰੂਰ ਹੁੰਦਾ ਜਦੋਂ ਆਪਾਂ ਵੈਕਸੀਨ ਲਵਾਉਣਾ 1-2 ਦਿਨ ਘੱਟ ਖਾਂਦਾ ਐਨੀਮਲ ਪੱਠੇ ਵਗੈਰਾ ਛੱਡ ਦਿੰਦਾ ਪੱਠੇ ਘੱਟ ਕਰਨ ਨਾਲ ਦੁੱਧ ਘੱਟ ਜਾਂਦਾ ਐਨੀਮਲ ਦਾ ਵੀਰੇ ਯਾਰ ਜਦੋਂ ਪੱਠੇ ਵਗੈਰਾ ਘੱਟ ਜਾਂਦੇ ਆ ਉਸ ਕਾਰਨ ਨਾਲ ਦੁੱਧ ਘੱਟ ਜਾਂਦਾ 2-3 ਦਿਨ ਦੁੱਧ ਘੱਟਦਾ ਉਦੋਂ ਬਾਅਦ ਫਿਰ ਪੂਰੇ ਦੁੱਧ 'ਤੇ ਆ ਜਾਂਦੇ ਆ ਐਨੀਮਲ ਇਹਦਾ ਇੱਕੋ ਇੱਕ ਹੀ ਹੱਲ ਆ ਵੀਰੇ ਇਹਦਾ ਇੱਕੋ ਇੱਕੋ ਹੱਲ ਆ ਵੀ ਆਪਾਂ ਵੈਕਸੀਨ ਲਵਾਉਣੀ ਆ ਜੇ ਆਪਾਂ ਵੈਕਸੀਨ ਲਵਾਈ ਹੋਊਗੀ ਆਪਣੇ ਐਨੀਮਲਾਂ ਦੇ ਵਿੱਚ ਇਹ ਬਿਮਾਰੀ ਨਹੀਂ ਆਉਂਦੀ ਸਾਲ 'ਚ 2 ਵਾਰ ਵੈਕਸੀਨ ਲੱਗੀ ਆ ਗੌਰਮੈਂਟ ਵੀ ਲਵਾਉਂਦੀ ਆ ਜਦੋਂ ਕੁਛ ਘਰ ਨਹੀਂ ਲਵਾਉਂਦੇ ਉਦੋਂ ਇਹਦਾ ਕਾਰਨ ਬਣ ਜਾਂਦਾ ਉੱਥੇ ਬਿਮਾਰੀ ਆ ਜਾਂਦੀ ਹੈ ਅਤੇ ਫਿਰ ਸਾਰੇ ਐਨੀਮਲਾਂ 'ਚ ਫੈਲ ਜਾਂਦੀ ਆ ਤਾਂ ਕਰਕੇ ਇਹਦੇ ਡਰਨ ਦੀ ਲੋੜ ਨਹੀਂ ਕਿਤੇ ਬੱਚਾ ਨਹੀਂ ਸਿੱਟਦੀ ਬਾਈ 17-18 ਸਾਲ ਹੋ ਗਏ ਲਵਾਉਂਦੇ ਨੂੰ ਇੱਕ ਵੀ ਪਸ਼ੂ ਦਾ ਕਦੇ ਵੀ ਬੱਚਾ ਨਹੀਂ ਸਿੱਟਿਆ ਵੀਰੇ ਯਾਰ ਚਾਹੇ ਸੂਣ 'ਚ 10 ਦਿਨ ਰਹਿੰਦੇ ਹੁਣ ਚਾਹੇ ਮਹੀਨਾ ਹੋਇਆ ਹੋਵੇ ਸੂਈ ਨੂੰ ਚਾਹੇ 2 ਦਿਨ ਸੂਣ 'ਚ ਰਹਿੰਦੇ ਚਾਹੇ 6 ਮਹੀਨੇ ਸੂਣ 'ਚ ਰਹਿੰਦੇ ਸਭ ਦੇ ਲਾਈਦਾ ਬਾਈ ਵਾਢੇ ਨਾਲ ਲਾਈਦੀ ਹੈ 3 ਮਹੀਨਿਆਂ ਤੋਂ ਉੱਪਰ ਬੱਚਿਆਂ ਦੇ ਲਾਉਣਾ ਹੁੰਦਾ 3 ਤੋਂ ਲੈ ਕੇ ਜਿੰਨੀਆਂ ਵੀ ਵੱਡੇ ਐਨੀਮਲ ਆ ਸਭ ਦੇ ਲਾ ਦੇਈਦੀ ਹੈ ਵੀਰੇ ਯਾਰ ਇਹਦਾ ਇਹੀ ਇਲਾਜ ਆ ਇਹਦਾ ਹੱਲ ਹੀ ਹੋਰ ਕੋਈ ਹੈ ਨਹੀਂਗਾ ਬਾਈ ਯਾਰ ਜਦੋਂ ਆ ਗਈ ਬਾਈ ਜਿਨ੍ਹਾਂ ਦੇ ਨਹੀਂ ਲੱਗੀ ਹੁੰਦੀ ਫਿਰ ਉਹ ਔਖੇ ਵੀ ਬਹੁਤ ਹੁੰਦੇ ਆ ਬਾਈ ਯਾਰ ਦੁੱਧ ਤਾਂ ਜਾਣੀ ਜਾਣਾ ਕਈ ਵਾਰ ਐਨੀਮਲਾਂ ਦੀ ਡੈਥ ਵੀ ਹੋ ਜਾਂਦੀ ਹੈ ਵੀਰੇ ਯਾਰ ਤਾਂ ਕਰਕੇ ਆ ਡਾਕਟਰਾਂ ਦੇ ਮਗਰ ਨਾ ਪਿਆ ਕਰੋ ਚੁੱਪ ਕਰਕੇ ਵੈਕਸੀਨ ਲਵਾ ਲਿਆ ਕਰੋ ਬਾਈ ਯਾਰ ਇਹ ਬੇਨਤੀ ਸਮਝ ਲਓ ਯਾਰ ਬਾਕੀ ਇਹਦੇ ਨਾਲ ਤੁਹਾਨੂੰ ਮੈਂ ਇਹ ਦੱਸ ਦੇਣਾ ਲਵੀ ਇਹ ਫੈਲਦੀ ਬਹੁਤ ਜ਼ਿਆਦਾ ਆ ਬਿਮਾਰੀ ਇਹ ਬਿਮਾਰ ਪਸ਼ੂਆਂ ਤੋਂ ਦੂਜੇ ਪਸ਼ੂਆਂ ਤੱਕ ਬਹੁਤ ਜ਼ਿਆਦਾ ਫੈਲਦੀ ਆ ਬਿਮਾਰੀ ਵੀਰੇ ਯਾਰ ਇਹ ਆਮ ਤੌਰ ਦੇ ਉੱਤੇ ਖੁਰਾਂ ਵਾਲੇ ਪਸ਼ੂ ਹੁੰਦੇ ਜਿਹਨਾਂ ਦੇ ਖੁਰ ਹੁੰਦੇ ਆ ਜਿਵੇਂ ਆਪਾਂ ਕਹਿ ਦਿੰਦੇ ਹਾਂ ਭੇਡਾਂ ਬੱਕਰੀਆਂ ਜਾਂ ਗਾਵਾਂ ਮੱਝਾਂ ਜਾਂ ਆਪਾਂ ਕਹਿ ਸਕਦੇ ਹਾਂ ਉੱਠ ਹੋ ਗਏ ਸੂਰ ਹੋ ਗਏ ਇਹਨਾਂ ਐਨੀਮਲਾਂ ਦੇ ਵਿੱਚ ਹਿਰਨ ਦੇ ਵਿੱਚ ਇਹਨਾਂ ਐਨੀਮਲਾਂ ਦੇ ਵਿੱਚ ਇਹ ਜ਼ਿਆਦਾ ਆਉਂਦੀ ਆ ਵੀਰੇ ਆਮ ਤੌਰ 'ਤੇ ਕੁੱਤੇ ਬਿੱਲੀ ਜਾਂ ਘੋੜਿਆਂ ਦੇ ਵਿੱਚ ਇਹ ਨਹੀਂ ਆਉਂਦੀ ਵੀਰੇ ਯਾਰ ਬਿਮਾਰੀ ਇਹ ਗਾਵਾਂ ਮੱਝਾਂ ਇਹਨਾਂ ਖੁਰਾਂ ਵਾਲੇ ਐਨੀਮਲਾਂ ਦੇ ਵਿੱਚ ਇਹ ਜ਼ਿਆਦਾ ਆਉਂਦੀ ਆ ਬਿਮਾਰੀ ਵੀਰੇ ਯਾਰ ਹੁਣ ਇਹ ਬਿਮਾਰੀ ਦੀਆਂ ਆਪਾਂ ਹੁਣ ਇਹ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਨਿਸ਼ਾਨੀਆਂ ਦੱਸਦਾ ਲਵੀ ਬਿਮਾਰੀ ਦੀਆਂ ਨਿਸ਼ਾਨੀਆਂ ਕੀ ਆ ਆਪਾਂ ਪਤਾ ਕਿਵੇਂ ਲਾਉਣਾ ਆਪਦੇ ਫਾਰਮ 'ਤੇ ਜਾਂ ਘਰੇ ਬਿਮਾਰੀ ਦੀਆਂ ਨਿਸ਼ਾਨੀਆਂ ਪਹਿਲਾਂ ਬੁਖਾਰ ਹੋਊ ਬਾਈ ਐਨੀਮਲ ਨੂੰ 104 ਡਿਗਰੀ ਤੋਂ ਲੈ ਕੇ 106 ਡਿਗਰੀ ਤੱਕ ਸੈਂਟੀਗ੍ਰੇਡ ਤੱਕ ਬੁਖਾਰ ਹੁੰਦਾ ਵੀਰੇ ਐਨੀਮਲ ਨੂੰ
हाई बुखार हो जाता उस बाद एनीमल लंघना आके चलता गा एनीमल लाला सड़ते भी यार पानी जहाँ डिगता रहा एनीमल के मूँह चो फिर ज्यादा लाला सुटन लग जाते एनीमल एनीमल कमजोर हो जाता सुकन लग जाते एनीमल एनीमलों का भार घट जाता तो एनीमल खाना पीना छड्ड दिंदा भाई दुध भी एनीमल का घट जाता गा जो आप चीज़ा देखते हैं अपन जजमेंट कर लेनी चाहिए है ली बीमारी अपने फार्म से आ चुकी है फिर यह दो तो 10 दिन घट्टो घट लेंदी है फैल जो ज़्यादा यह सिमटम शो करती है हौली हौली बीमारी सिमटम शो कर लग जाती है भीरे यार फिर मूँह छाले वगैरह हो जाते थणा ते छाले हो जाते हो सकता स्टार्टिंग एक दो दिन ना छाले हो 3-4 दिन उस बाद छाले होने शुरू हो जाए एनीमल के फिर खुरां दे विच भी जिहड़ा सन हुंदा उहनां विच छाले हो जांदे फिर छाले फुटन लग जांदे आ भाई फिर एनीमल तकलीफ आंदा कुछ खा नहीं पाउंदा एनीमल इहदी बहुत ज़्यादा तकलीफ हो जाती है एनीमल नूं फिर चलण च भी अखाई आउंदी आ ज़्यादातर एनीमल खड़ा रहिंदा जां ज़्यादा बैठा रहिंदा एनीमल फिर पैरां ते कई वार ज़्यादा आपां जिहड़े वीर गौर नहीं करदे पिंडां च कई देखिआ फिर पैरां दे जख्मां दे कीड़े भी पै जांदे आ कई वार वीरे यार कई बार तो इन्नी ज्यादा घातक हो जाते हैं बीमारी के मेदे से भी असर कर जाता दिल से भी ये जगह पर भी छाले हो जाते अंदरले पासे जो अपन दिखाई नहीं देंगे छाले एनीमलों के उत्थे एनीमल बचाने बहुत औखे हो जाते भाई यही मेन निशानियां होंगे गई फिर आप एक गल इन का बचा किवें करना आप एनीमल का बचा तो एक तरीके ही कर सकते हैं जोड़ा वैक्सीन ला के मेन बचा तो वैक्सीन हो तो अपने एनीमल बचे रहेंगे वीरे यार तो जे हो जाए फिर आप करना चाहिए आपके फार्म से जे आई गई अपने बीमारी फिर वैक्सीन नहीं लवानी वीरे यार ये गल का खास ध्यान रखो जिते बीमारी आ गई जे उन्होंने वैक्सीन लवा ली तो दुगना डबल अटैक हो जाना उत्ते बीमारी का वीरे यार जो बीमारी आ जाए उदो बिल्कुल भी वैक्सीन नहीं लवानी चाहिए वीरे यार फिर उदो की करना आप ज़्यादातर एक तो ये बोरोग्लैसरिन वगैरह आँदी है एनीमल के मूँह से लाओ जिते छाले हो हरेक जगह पर उत्ते ग्लैसरिन वगैरह लाओ भी एनीमल नूं रिलीफ मिले कई वीर बच्चे हल्दी पा के भी ला देंदे हुंदे आ ग्लैसरिन दे वह लाओ यार पैरों से भी लाओ वीरे यार जिते जिते छाले पैरों के फुट जाता जख्म बन जाता उत्थे टॉपीकेयर स्प्रे वगैरह करो यार सफाई रखो पैरों की भी एक अपनी पोटाशियम परमैगनेट आउंदी आ जिहनूं आपां लाल दवाई कहने आ उहदा घोल बना के उहदे विच उह पैर धोवो चाहे मूँह धोवो उहदे नाल उहदे विचों मूँह दे सफाई करो उहदे नाल वीरे यार मूँह दी तो फिर पशु को तकलीफ होंगी है जो कोई कड़ी चीज़ करना पशु को हल्की चीज़ दो जिवें दलिया बना के देता आप लिक्विड जिवें ताकतवर लिक्विड इनू देना आप एनीमल नू आप उस टाइम भी ये अंदर जो एनीमल जमे खाना पीना छड्ड जांदा फिर एनीमल डाउन होने लग जांदा फिर एनीमल सीरीयस हो जांदा वीरे यार इहदा खाणा पीना आप थोड़ा थोड़ा इनू नाल रही जां किवें भी एनीमल के अंदर दलिया वगैरह जाना चाहिए फिर इनू हरा चारा भी कूला दिओ जिहदा भी जिहड़ा खाण च इनू तकलीफ ना आवे पक्या होया हरा चारा नहीं देना कच्चा कच्चा हरा चारा दो भी जरा यदा आधार हो जाए यदा इस नाल फिर एनीमल हौली हौली कवर कर जूगा वीरे यार अपना 3 हफ्ते लगनगे 21 दिन के बाद एनीमल अपना ठीक हो जूगा वीरे यार नाल टीके भी लाने वीरे यार एक तो इम्यूनिटी बूस्टर टीका आता लवेमीसोल टीका आता गा वो आप 15 ml to 20 ml तक ला सकते लवेमीसोल इंजैक्शन वो इम्यूनिटी बूस्ट होंगे इम्यूनिटी बढ़ती है वो टीका भी जरूर ला लो तो जे आप हल्के एंटीबायोटिक ज़्यादा स्ट्रोंग एंटीबायोटिक काम नहीं करते भाई यार वह जख्म वगैरह हो जाता है ना सुकाउण दा तो आपां नूं हल्के एंटीबायोटिक लाउणे ही पैंदे आ बीमारी दे विच आप 72 घंटे जिन्हां दा असर रहिंदा वह एंटीबायोटिक ला लो जिवें एनरोफ्लॉक्सिन हो गया जां फोर्टीवीर वगैरह हो गया वह ला लो पैरामाइसिन एले हो गया वह ला लो वीरे यार एक बैनमेंथल आउंदा वह भी ला सकते हैं आप पेंसिलिन साल्ट हुंदा गा जां DCR वगैरह भी आप ला सकते हैं वीरे ज़्यादा महंगा कॉस्टली इलाज करन दी कोई लोड़ नहीं हुंदी वीरे यार फिर उस तो बाद आप टीके लाओ नाल दिया जे बुखार चढ़ता इन बुखार वाला टीका भी लाओ मेलोनैक्स प्लस ला लो आप मेलोनैक्स प्लस नहीं लाना तो अपना गोलियां दे सकते हैं बुखार वाली वीरे यार बुखार चढ़न करके स्टार्टिंग इन्हें घट खाना लगना जो इंजैक्शन दसे मैं ये ला लेने चाहिए ये एनीमल हौली हौली ठीक हो जाता वीरे यार टाइम जरूर लाया जाता पूरा पूरा थोड़ा एनीमल ठीक हो जूगा भाई यार बाकी ये तुसी बचा रखना होर बचा ये रखना लवी जिहड़ा एनीमल बीमार हो गया दूजे एनीमलों तो दूर कर दो भाई यार उहदा खाना पीना पट्ठे वगैरह सारे उहदे अलग कर दो जिहड़ा बंदा उहदी देखभाल करदा उह भी अलग होवे भाई बंदा जे कोई डाक्टर भी आउंदा कई बार अपने पिंड च बीमारी आई होवे डाक्टर आपां पिंड वाला फार्म साद दिया तां उहनूं सैनिटाइज करके जां उहनूं
ਪਹਿਲਾਂ ਇਹੋ ਜਿਹਾ ਫੋਨ ਕਰੋ ਲੋ ਜੀ ਭਾਈ ਕਿਸੇ ਦੇ ਘਰੇ ਨਾ ਗਿਆ ਹੋਵੇ, ਸਿੱਧਾ ਸਾਡੇ ਫਾਰਮ 'ਤੇ ਆਵੇ। ਜੇ ਕੋਈ ਡਾਕਟਰ ਆ ਜਾਂ ਕੋਈ AI ਵਰਕਰ ਆ, ਕੋਈ ਵੀ ਬਿਮਾਰ ਐਨੀਮਲਾਂ ਦੇ ਵਿੱਚੋਂ ਤੰਦਰੁਸਤ ਐਨੀਮਲਾਂ ਦੇ ਵਿੱਚ ਜਾਂਦਾ ਤਾਂ ਵੀ ਉਹ ਕੈਰੀਅਰ ਬਣਦਾ ਗਾ ਬਿਮਾਰੀ ਦਾ ਵੀਰੇ ਯਾਰ, ਉਸ ਤਰ੍ਹਾਂ ਵੀ ਬਿਮਾਰੀ ਫੈਲਦੀ ਆ ਬਾਈ ਯਾਰ। ਜਾਂ ਪਿੰਡ ਦੇ ਵਿੱਚ ਕੋਈ ਆਪਣੇ ਆਵਾਰਾ ਪਸ਼ੂਆਂ ਨੂੰ ਆ ਚੁੱਕੀ ਆ, ਉਹ ਗਲੀਆਂ 'ਚ ਤੁਰੇ ਫਿਰਦੇ ਆ, ਉੱਥੋਂ ਵੀ ਬਿਮਾਰੀ ਫੈਲਦੀ ਆ ਬਾਈ ਯਾਰ। ਤਾਂ ਕਰਕੇ ਆ ਜਦੋਂ ਵੈਕਸੀਨ ਲਵਾਉਣੀ ਆ ਆਪਾਂ ਪਿੰਡ ਦੇ, ਪਿੰਡ ਪੱਧਰ 'ਤੇ ਵੀ ਪੰਚਾਇਤ ਨੂੰ ਵੀ ਚਾਹੀਦਾ, ਜੇ ਆਵਾਰਾ ਪਸ਼ੂ ਵੀ ਆਪਣੇ ਪਿੰਡ 'ਚ ਉਹਨਾਂ ਨੂੰ ਵੀ ਵੈਕਸੀਨ ਲਾ ਦਿਆ ਕਰੋ ਬਈ ਯਾਰ। ਇਹਦਾ ਹੱਲ ਹੀ ਵੈਕਸੀਨ ਆ ਬਸ, ਤੁਸੀਂ ਇਹ ਸੋਚ ਕੇ ਚੱਲੋ, ਹੋਰ ਕੋਈ ਹੱਲ ਨਹੀਂ। ਜੇ ਸਾਰਾ ਪਿੰਡ ਲਵਾਊਗਾ ਫਿਰ ਗਾਹਾਂ ਨੂੰ ਬਿਮਾਰੀ ਨਹੀਂ ਆਉਂਦੀ, ਬਿਮਾਰੀ ਕੰਟਰੋਲ ਹੋਣ ਲੱਗ ਜੂ ਬਾਈ। ਫਿਰ ਐਂ ਹੁੰਦਾ ਵੀਰੇ ਯਾਰ, ਆਪਾਂ ਛੋਟੇ ਬੱਚਿਆਂ ਦੇ ਤਾਂ ਆਪਾਂ ਲਾਉਂਦੇ ਨਹੀਂ ਗੇ, ਜਦੋਂ ਛੋਟੇ ਕਟੜੂ ਬਛੜੂ ਵੱਡੇ ਹੋ ਜਾਂਦੇ ਆ ਉਦੋਂ ਵੀ ਗੌਰਮੈਂਟ ਨੂੰ ਚਾਹੀਦਾ ਲਾ ਵੀ ਟਾਈਮ ਤੋਂ ਟਾਈਮ ਵੈਕਸੀਨ ਆਉਂਦੀ ਰਹੇ, ਲਵੀ ਉਹਨਾਂ ਦੇ ਵੀ ਲੱਗਦੀ ਰਹੇ। ਜੇ ਹੁਣ ਗਾਵਾਂ ਦੇ ਲਾਤੀਆਂ ਤਾਂ 2 ਮਹੀਨਿਆਂ ਬਾਅਦ ਕਟੜੂ ਵੱਡੇ ਹੋ ਗਏ, ਵੈਕਸੀਨ ਨੇ 6 ਮਹੀਨਿਆਂ ਬਾਅਦ ਆਉਣੀ ਆ ਆਪਣੇ ਕੋਲ ਬਈ ਯਾਰ। ਨਾਲ ਦੀ ਨਾਲ ਫਾਰਮ ਹਸਪਤਾਲਾਂ ਦੇ ਵਿੱਚ ਅਵੇਲੇਬਲ ਹੋਣੀ ਚਾਹੀਦੀ ਆ ਕਿ ਨਾਲ ਦੀ ਨਾਲ ਲੱਗਦੀ ਰਹੇ ਸਾਰੇ ਐਨੀਮਲਾਂ ਦੇ ਬਾਈ ਯਾਰ। ਬਾਕੀ ਕਟੜੂਆਂ ਵਛੜੂਆਂ 'ਤੇ ਵੀ ਇਹ ਬਿਮਾਰੀ ਦਾ ਅਟੈਕ ਬਹੁਤ ਛੇਤੀ ਹੁੰਦਾ ਬਾਈ ਯਾਰ, ਕਈ ਵਾਰ ਦਿਲ ਵਗੈਰਾ 'ਤੇ ਉਹਨਾਂ ਦੇ ਅਸਰ ਕਰ ਜਾਂਦੀ ਆ ਬਿਮਾਰੀ 'ਤੇ, ਡੈਥ ਕੇਸ ਜ਼ਿਆਦਾ ਹੋ ਜਾਂਦੇ ਬਾਈ। ਬਚਾਅ ਕਰਕੇ ਬਿਮਾਰ ਐਨੀਮਲ ਤੋਂ ਤੰਦਰੁਸਤ ਨੂੰ ਵੱਖ ਕਰ ਦਿਓ। ਜਿਵੇਂ ਆਪਾਂ ਨੂੰ ਹੁਣ ਪਤਾ ਲੱਗੀ ਮਾਨਸਾ ਦੇ ਬਠਿੰਡਾ ਦੇ ਕਈ ਪਿੰਡਾਂ ਦੇ ਵਿੱਚ ਬਿਮਾਰੀ ਹੈਗੀ ਆ, ਕਿਤੇ ਥੋੜ੍ਹੇ ਕੇਸ ਆ ਕਿਤੇ ਜ਼ਿਆਦਾ ਕੇਸ ਆ, ਉੱਥੇ ਤੁਸੀਂ ਆਪਦੇ ਫਾਰਮ ਦੇ ਵਿੱਚ ਐਂਟਰੀ ਬੰਦ ਕਰ ਦਿਓ ਯਾਰ ਬਗਾਨੇ ਦੀ। ਲੇਬਰ ਵਾਲੇ ਵੀ ਤੁਹਾਡੇ ਫਾਰਮ ਦੇ ਵਿੱਚ ਕਿਤੇ ਹੋਰ ਦੂਜੇ ਕਿਤੇ ਨਾ ਜਾਣ, ਉਹੀ ਰਹਿਣ ਇੱਥੇ, ਨਵਾਂ ਬੰਦਾ ਤੁਹਾਡੇ ਫਾਰਮ 'ਚ ਐਂਟਰ ਨਾ ਹੋਵੇ। ਜੇ ਡਾਕਟਰ ਵੀ ਆਉਂਦਾ ਗਾ, ਡਾਕਟਰ ਨੂੰ ਵੀ ਬਕਾਇਦਾ ਤੁਸੀਂ, ਡਾਕਟਰ ਨੂੰ ਵੀ ਤੁਸੀਂ ਬਕਾਇਦਾ ਸੈਨੀਟਾਈਜ਼ ਕਰਕੇ ਉਹਨੂੰ ਆਪਣੇ ਫਾਰਮ 'ਚ ਐਂਟਰ ਕਰਨ ਦਿਆ ਕਰੋ। ਉਹਦੇ ਬੂਟ ਵਗੈਰਾ ਦੂਜੇ ਜਾਣਾ ਆਪਦੇ ਫਾਰਮ 'ਤੇ ਰੱਖੋ, ਹੋਰ ਬੂਟ ਵਗੈਰਾ ਪਹਿਨਣ ਦਾ ਨਹੀਂ, ਕਲੀ ਵਗੈਰਾ ਆਪਦੇ ਸਿੱਟ ਕੇ ਰੱਖੋ ਫਾਰਮ ਦੇ ਗੇਟ ਵਗੈਰਾ 'ਤੇ, ਜਦੋਂ ਜਾਣਾ ਲਵੀ ਕਲੀ ਨਾਲ ਜਰਾਸੀਨ ਵਗੈਰਾ ਡੈੱਡ ਹੋ ਜਾਣਾ, ਇਹ ਗੱਲ ਦਾ ਧਿਆਨ ਰੱਖਣਾ ਵੀਰੇ। ਹੁਣ ਐਂ ਹੁੰਦਾ ਗਾ ਪਿੰਡ ਦੇ ਵਿੱਚ ਕੀ ਹੁੰਦਾ, ਡਾਕਟਰ ਥੋੜ੍ਹੇ ਹੁੰਦੇ ਆ, ਉਹੀ ਡਾਕਟਰ ਬਿਮਾਰ ਪਸ਼ੂਆਂ ਜਾਂਦੇ ਆ, ਉਹੀ ਉਸ ਤੋਂ ਬਾਅਦ ਦੂਜੇ ਪਸ਼ੂਆਂ ਦੇ ਜਾ ਵੜਦੇ ਆ, ਇਹ ਬਿਮਾਰੀ ਫੈਲਣ ਦਾ ਇਹ ਵੀ ਕਾਰਨ ਹੋ ਜਾਂਦਾ ਵੀਰੇ ਯਾਰ। ਬਾਕੀ ਮੱਖੀਆਂ ਰਾਹੀਂ ਤਾਂ ਫੈਲਦੀ ਫੈਲਦੀ ਹੈ, ਜੋ ਜ਼ਖਮਾਂ ਤੋਂ ਬੈਠ ਕੇ ਦੂਜੇ ਪਸ਼ੂਆਂ ਦੇ ਜਾਂਦੀ ਆ, ਬਾਕੀ ਹਵਾ ਰਾਹੀਂ ਵੀ ਬਹੁਤ ਤੇਜ਼ੀ ਨਾਲ ਫੈਲਦੀ ਆ, ਕਾਫੀ ਤੇਜ਼ ਸਪੀਡ ਹੁੰਦੀ ਆ, ਬਾਕੀ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਾਫੀ ਮਾਰ ਕਰਦੀ ਆ ਇਹ ਬਿਮਾਰੀ ਵੀਰੇ ਯਾਰ। ਅਤੇ ਜੇ ਆਪਣੇ ਫਾਰਮ 'ਤੇ ਆ ਵੀ ਜਾਂਦੀ ਆ, ਜੇ ਕਿਸੇ ਦੇ ਘਰੇ ਵੀ ਆ ਗਈ ਜਾਂ ਫਾਰਮ 'ਤੇ ਆ ਗਈ, ਜਿਹੜੇ ਐਨੀਮਲ ਨੂੰ ਆਈ ਆ ਉਹ ਐਨੀਮਲ ਨੂੰ ਦੂਰ ਕਰ ਦਿਓ ਯਾਰ ਬਾਈ, ਅਲੱਗ ਕਮਰੇ ਦੇ ਵਿੱਚ ਕਰ ਦਿਓ ਐਨੀਮਲ ਨੂੰ, ਉੱਥੇ ਉਹਦਾ ਅਲੱਗ ਟ੍ਰੀਟਮੈਂਟ ਕਰੋ ਉਹਦਾ, ਉਹਨੂੰ ਉਹੀ ਬੰਦਾ ਦੇਖੇ, ਉਹ ਇੱਧਰਲੇ ਐਨੀਮਲਾਂ ਦੇ ਵਿੱਚ ਨਾ ਆਵੇ। ਪਾਣੀ ਖਾਣਾ ਪੀਣਾ ਪੱਟੇ ਸਾਰੇ ਉਹਦੇ ਵੱਖਰੇ ਕਰਨੇ ਚਾਹੀਦੇ ਆ ਵੀਰੇ, ਬਿਲਕੁਲ ਖਾਣਾ ਪੀਣਾ ਬੰਦ ਹੋਣਾ ਚਾਹੀਦਾ ਐਨੀਮਲ ਦਾ, ਦੂਜੇ ਐਨੀਮਲਾਂ ਨਾਲ ਮਿਕਸ ਨਹੀਂ ਹੋਣੇ ਚਾਹੀਦੇ। ਬਸ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਤੁਹਾਡਾ ਕੋਈ ਐਨੀਮਲ ਢਿੱਲ ਮੱਠ ਆਉਂਦੀ ਆ ਉਹਦੇ ਸਿਮਟਮ ਵਗੈਰਾ ਦੇਖਿਆ ਕਰੋ। ਇੱਕ ਵੀਰ ਦਾ ਮੈਨੂੰ ਥੋੜ੍ਹੇ ਦਿਨ ਪਹਿਲਾਂ ਹੀ ਫੋਨ ਆਇਆ ਗਾ, ਉਹ ਕਹਿੰਦਾ ਯਾਰ ਬੱਚੀ ਨੂੰ ਬੁਖਾਰ ਚੜਿਆ ਹੋਇਆ, ਕਹਿੰਦਾ 106 ਚੜਿਆ, 2 ਦਿਨਾਂ ਬਾਅਦ ਉਹ ਲੰਗ ਮਾਰਨ ਲੱਗ ਗਈ, ਅਜੇ ਉਹ ਖਾਈ ਪੀ ਜਾਂਦੀ ਸੀ, ਪਰ ਉਹਨੇ ਪਹਿਲਾਂ ਹੀ ਵੱਖ ਕਰਕੇ ਟ੍ਰੀਟਮੈਂਟ ਕਰਨਾ ਸ਼ੁਰੂ ਕਰਤਾ ਵੀਰੇ ਯਾਰ। ਹੋ ਸਕਦਾ ਲਵੀ ਹੁਣ ਉਹਦੀ ਬੱਚੀ ਕਵਰ ਕਰ ਜੇ, ਉਹਦੇ ਸਿਮਟਮ ਸਾਰੇ ਮੂੰਹ ਖੁਰ ਵਾਲੇ ਸੀਗੇ ਵੀਰੇ ਯਾਰ, ਉਹਦੇ ਕੋਲ 8-10 ਐਨੀਮਲ ਆ, ਜਿਹੜੇ ਫਾਰਮ 'ਤੇ ਆ ਜਾਂਦੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਵੀਰੇ। ਤੁਸੀਂ ਐਂ ਦੇਖ ਲਓ ਜਦੋਂ ਬ੍ਰੇਕ ਡਾਊਨ ਆਇਆ ਹੋਵੇ ਯਾਰ, ਸਾਰੇ ਬੰਦਿਆਂ ਦੀ ਐਂਟਰੀ ਆਪਦੇ ਪਸ਼ੂਆਂ ਦੇ ਵਿੱਚ ਬੰਦ ਕਰ ਦੇਣੀ ਚਾਹੀਦੀ ਆ, ਚਾਹੇ ਤੁਹਾਡਾ ਫਾਰਮ ਆ, ਚਾਹੇ ਤੁਹਾਡੇ 10 ਪਸ਼ੂ ਰੱਖਿਆ, ਚਾਹੇ 2 ਰੱਖੇ ਆ, ਫਿਰ ਤੁਸੀਂ ਹੋਰ ਬਚਾ ਦਾ ਫਾਰਮ ਲੈਣ ਦੀ ਸਪਰੇ ਵਗੈਰਾ ਕਰ ਦਿਓ ਆਪਦੇ ਸ਼ੈੱਡ ਦੇ ਆਲੇ ਦੁਆਲੇ ਜਾਂ ਪਸ਼ੂਆਂ ਦੇ ਆਲੇ ਦੁਆਲੇ ਵੀਰੇ ਯਾਰ, ਬੈਕਟੀਰੀਆ ਵਗੈਰਾ ਮਰ ਜਾਂਦਾ ਗਾ। ਹੋਰ ਵੀ ਕਈ ਸਪਰੇਆਂ ਵਗੈਰਾ ਆਉਂਦੀਆਂ ਉਹ ਕਰ ਸਕਦੇ ਹਾਂ ਆਪਾਂ, ਕਲੀ ਵਗੈਰਾ ਵੀ ਆਪਾਂ ਸਿੱਟ ਸਕਦੇ ਹਾਂ ਆਪਦੇ ਆਲੇ ਦੁਆਲੇ, ਫਾਰਮ ਦੇ ਕਲੀ ਵਗੈਰਾ ਸਿੱਟ ਦਿਓ, ਇਹ ਚੀਜ਼ਾਂ ਨਾਲ ਆਪਾਂ ਬਿਮਾਰੀ ਤੋਂ ਬਚਾਅ ਕਰ ਸਕਦੇ ਹਾਂ ਬਾਈ ਯਾਰ। ਜੇ ਬਿਮਾਰੀ ਆ ਜੇ ਉਹ ਦੱਸਿਆ ਮੈਂ ਲਵੀ, ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਹਾਂ, ਆਪਾਂ ਦਵਾਈ ਵਗੈਰਾ ਕਿਵੇਂ ਆਪਾਂ ਐਨੀਮਲ ਦਾ, ਜਿੰਨਾ ਆਪਾਂ ਐਨੀਮਲ ਨੂੰ ਸਾਫ਼ ਸੁਥਰੀ ਜਗ੍ਹਾ 'ਤੇ ਤੰਦਰੁਸਤੀ ਨਾਲ ਰੱਖ ਲਾਂਗੇ ਮੱਖੀਆਂ ਤੋਂ ਦੂਰ, ਉਨਾ ਹੀ ਆਪਣਾ ਐਨੀਮਲ ਛੇਤੀ ਠੀਕ ਹੋ ਜੂਗਾ ਬਾਈ ਯਾਰ, ਉਹਨੂੰ ਤਰਲ ਪਦਾਰਥ ਵਗੈਰਾ ਖਵਾਉਂਦੇ ਰਹਾਂਗੇ। ਬਸ ਵੀਰ ਜੀ ਹੁਣ ਆਪਾਂ ਵੀਡੀਓ ਐਂਡ ਕਰਨ ਲੱਗੇ ਹਾਂ, ਜ਼ਿਆਦਾ ਤੋਂ ਜ਼ਿਆਦਾ ਆਪਣਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰੋ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।